बड़े सारे कपल यहो जो होंगे ने जोड़े इस चीज़ के उपर ट्रस्ट नहीं करते कि सानू IVF ट्रीटमेंट लेना चाहिए। पहली गल तो उन्होंने ये चीज़ समझाई जाती हैगी है कि जो नैचुरल ट्राई है या IUI है उहदे विच सारा काम शरीर ने करना है। जे उन्हें हले तक काम करना होंदा तो कर चुकया होंदा। तुसी उन्होंने ये दसना है कि ये सारे काम मैं लैब च करने ने। जिहड़ा बच्चा 5 दिन का बनाना है, जो अंडा कढ़िया, एक अंडे च एक शुकराणु अपनी अखां दे सामने माइक्रोस्कोप दे थले पाया, उसनू ग्रो किया, वह बना बनाया बच्चा मरीज़ को दिखाया जाता है। अगर फीमेल्स विच देखिए तो अजकल PCOS या PCOD की जिहड़ी गी है वह बहुत सारे केसिस आ रहे हैं। PCOD इज़ योर नेचर ऑफ योर ओवरीज। तुसी पैदा हुए हो PCOS नाल। PCOD का पर से ट्रीटमेंट नहीं किया जाता। आप PCOD के सिमटम्स का ट्रीटमेंट करते हैं, जिमें मोस्टली PCOS वाले पीरियड आने दिक्कत आती है या उन्होंने बच्चा लगन दिक्कत आती है। तो जो पीरियड आने दिक्कत आती है तो उन्होंने ठीक किया जाता है, बच्चा लगन दिक्कत आती है तो वो दवाई दी जाती है। पर से तुम ए बिल्कुल हाथ धो के पिछे पै जाओ कि मैं तो PCOD तो नॉर्मल होना है, वो नहीं होना। जो भी पीरियड्स आते हैं तो वो आई थिंक 4 to 5 डेज रहेंगे ने, लेकिन जिम्मे जिम्मे एज बढ़ती है तो वो 3 days, 2 days भी हो जाते हैं। वह रीज़न है PCOS की है, बहुत सारे अंडे हैं एक अंडेदानी जो यूज़ हो जाते हैं तो थोड़े घट हो जाते हैं, किसी किसी विच इस कारण आना बंद हो जाता है, किसी किसी विच उही एज रिलेटेड चेंज है। जिम्मे मेरे सिर पर बाल सफेद हो गए हैं, मैं 40 साल की हैगी हूँ, तो मैं जब 20 साल की सी सारे काले से। सेम हैपन्स टू पीरियड्स ऑलसो, यूटरस थक जाता है ब्लीड कर करके। ਅਸੀਂ ਇਸ ਟਾਈਮ 'ਤੇ ਹਾਂ ਨੋਵਾ IVF ਦੇ ਵਿੱਚ, ਅਤੇ ਅਸੀਂ ਲਾਸਟ ਟਾਈਮ ਵੀ ਬਹੁਤ ਸਾਰੀ ਗੱਲਾਂ ਕੀਤੀਆਂ ਸੀ ਇਨਫਰਟੀਲਿਟੀ ਦੇ ਉੱਪਰ, ਅਤੇ ਅੱਜ ਅਸੀਂ ਗੱਲ ਕਰਾਂਗੇ ਕਿਹੜੇ ਕਿਹੜੇ ਟ੍ਰੀਟਮੈਂਟ ਸ਼ਾਮਿਲ ਨੇ ਇਨਫਰਟੀਲਿਟੀ ਦੇ ਉੱਪਰ। ਸੋ ਸਾਡੇ ਨਾਲ ਇਸ ਟਾਈਮ 'ਤੇ ਨੇ ਡਾਕਟਰ ਮਨੀਸ਼ਾ ਜੈਨ, ਜੋ ਕਿ IVF ਸਪੈਸ਼ਲਿਸਟ ਨੇ ਨੋਵਾ IVF ਚੰਡੀਗੜ੍ਹ ਦੇ ਵਿੱਚ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਤੁਸੀਂ ਲਾਸਟ ਟਾਈਮ ਵੀ ਬੜੀ ਅੱਛੇ ਸਾਨੂੰ ਟ੍ਰੀਟਮੈਂਟ ਦੱਸੇ, ਲੇਕਿਨ ਇਸ ਵਾਰ ਸਾਨੂੰ ਦੱਸੋ ਕਿ ਇਨਫਰਟੀਲਿਟੀ ਦੇ ਉੱਪਰ ਕਿਹੜੇ ਤੁਹਾਡੇ ਕੋਲ ਟ੍ਰੀਟਮੈਂਟਸ ਨੇ। ਇਨਫਰਟੀਲਿਟੀ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ 3 ਤਰੀਕੇ ਨਾਲ ਆਪਾਂ ਟ੍ਰੀਟਮੈਂਟ ਕਰਦੇ ਹਾਂ। ਪਹਿਲੀ ਚੀਜ਼ ਹੈਗੀ ਹੈ ਕਿ ਆਪਾਂ ਨੈਚੁਰਲੀ ਪੇਸ਼ੈਂਟ ਨੂੰ ਟਰਾਈ ਕਰਦੇ ਹਾਂ। ਨੈਚੁਰਲੀ ਉਹ ਪਹਿਲਾਂ ਵੀ ਟਰਾਈ ਕਰ ਰਹੇ ਹੁੰਦੇ ਹਾਂ, ਬਟ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿਹੜੇ ਦਿਨ ਚੰਗੇ ਨੇ, ਜਦੋਂ ਆਪਸ ਵਿੱਚ ਰਿਲੇਸ਼ਨ ਕਰਨ, ਉਹਨਾਂ ਦੇ ਅੰਡੇ 1 ਦੀ ਬਜਾਏ 2 or 3 ਬਣਾਉਂਦੇ ਹਾਂ। ਅਤੇ ਇਨ ਜਨਰਲ ਹਰ ਸਟੈਪ 'ਤੇ ਜਿੱਥੇ ਜਿਵੇਂ ਕੋਈ ਥਾਇਰੋਇਡ ਦੀ ਪ੍ਰੋਬਲਮ ਹੈ, ਕੋਈ ਛੋਟੀ ਮੋਟੀ ਹੋਰ ਹਾਰਮੋਨ ਦੀ ਦਿੱਕਤ ਹੈ, ਉਸ ਨੂੰ ਠੀਕ ਕਰਦੇ ਹਾਂ। ਬਟ ਪੇਸ਼ੈਂਟ ਨੈਚੁਰਲੀ ਟਰਾਈ ਕਰਦਾ ਇੱਕ ਸਹੀ ਦਿਨ 'ਤੇ, ਇਹਦੇ 'ਚ ਕੋਈ ਬਹੁਤਾ ਖਰਚਾ ਨਹੀਂ ਹੁੰਦਾ, ਸਿਰਫ ਅਲਟਰਾਸਾਊਂਡ ਕਰਨਾ ਹੈ, 2 or 3 ਵਾਰ ਹੋਸਪਿਟਲ ਆਉਣਾ ਪੈਂਦਾ ਹੈ, ਐਂਡ ਕਾਫੀ ਲੋਕ ਸਿਰਫ ਇੰਨੇ ਟ੍ਰੀਟਮੈਂਟ ਨਾਲ ਕਨਸੀਵ ਕਰ ਜਾਂਦੇ ਹੋਰ ਜਿਹੜੇ ਬਾਕੀ ਦੋ ਤਰੀਕੇ ਨੇ ਉਹ ਕਿਹੜੇ ਕਿਹੜੇ ਨੇ? ਦੂਸਰਾ ਨੈਕਸਟ ਸਟੈਪ, ਹੁਣ ਕੁਛ ਲੋਕ ਹੁੰਦੇ ਇਹ ਸਾਰਾ ਟ੍ਰੀਟਮੈਂਟ ਬਹੁਤ ਜਗ੍ਹਾ ਤੋਂ ਕਰ ਚੁੱਕੇ ਹਾਂ, ਅਸੀਂ ਇੰਨੇ ਸਪੈਸ਼ਲਾਈਜ਼ ਲੋਕ ਸਾਡੇ ਕੋਲ ਬਹੁਤ ਪਰੇਸ਼ਾਨ, ਬੜੇ ਸਾਲਾਂ ਤੋਂ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ, ਉਸ ਟਾਈਪ ਦੇ ਲੋਕ ਵੀ ਆਉਂਦੇ ਹੈ ਕਿ ਇਹ ਸਭ ਕੁਝ ਕਰ ਚੁੱਕੇ ਹੈ। ਓਬਵੀਅਸਲੀ ਜਿਹੜੀ ਚੀਜ਼ ਬਾਕੀ ਲੋਕ ਸਿੰਪਲ ਗਾਇਨੋਕੋਲੋਜਿਸਟ ਕਰ ਰੱਖੇ ਹੈ, ਉਹੀ ਕੰਮ ਜੇ ਮੈਂ ਕਰਾਂ ਤਾਂ ਮੈਂ ਕੀ ਐਕਸਟਰਾ ਦਿੱਤਾ ਉਸਨੂੰ, ਤਾਂ ਦੈਨ ਨੈਕਸਟ ਸਟੈਪ ਆਪਾਂ ਮੂਵ ਕਰਦੇ ਹਾਂ ਜਿਹਨੂੰ ਕਹਿੰਦੇ IUI, ਇਨ ਯੂਟਰੋ ਇਨਸੈਮੀਨੇਸ਼ਨ। ਮਤਲਬ ਹਸਬੈਂਡ ਦਾ ਸੀਮਨ ਆਪਾਂ ਡੱਬੀ 'ਚ ਲੈ ਲੈਂਦੇ ਹਾਂ, ਉਹਨੂੰ ਕਲੀਨ ਕਰਦੇ ਹਾਂ, ਕਲੀਨ ਕਰਕੇ ਮਰੇ ਹੋਏ ਸ਼ੁਕਰਾਣੂ, ਖੂਨ ਦੇ ਸੈੱਲ, ਇਹ ਸਭ ਕੁਛ ਆਪਾਂ ਕੱਢ ਕੇ ਜਿਹੜੇ ਸਾਫ਼ ਵਧੀਆ ਸ਼ੁਕਰਾਣੂ ਹੈ ਉਹ ਔਰਤ ਦੇ ਬੱਚੇਦਾਨੀ ਦੇ ਵਿੱਚ ਪਾ ਦਿੰਦੇ ਹਾਂ, ਨਾਲ ਉਸਨੂੰ ਦਵਾਈਆਂ ਦਿੰਦੇ ਹਾਂ ਕਿ ਉਹਦੇ 1 ਦੀ ਬਜਾਏ 2 or 3 ਇਸ ਤਰ੍ਹਾਂ ਅੰਡੇ ਬਣਦੇ ਹੈ। ਤਾਂ ਉਹਨਾਂ ਦਾ ਕੰਸੀਵ ਕਰਨ ਦਾ ਤਰੀਕਾ ਔਰ ਆਪਸ 'ਚ ਮਿਲਣ ਦਾ ਜਿਹੜੀ ਸੰਭਾਵਨਾ ਹੁੰਦੀ ਹੈ ਉਹ ਵੱਧ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਇੱਥੇ ਇੱਕ ਬੜਾ ਇੰਪੋਰਟੈਂਟ ਸਵਾਲ ਆਉਂਦਾ ਹੈ ਕਿ ਬੜੇ ਸਾਰੇ ਕਪਲ ਇਹੋ ਜਿਹੇ ਹੁੰਦੇ ਨੇ ਜਿਹੜੇ ਇਸ ਚੀਜ਼ ਦੇ ਉੱਪਰ ਟਰੱਸਟ ਨਹੀਂ ਕਰਦੇ ਕਿ ਸਾਨੂੰ IVF ਟ੍ਰੀਟਮੈਂਟ ਲੈਣਾ ਚਾਹੀਦਾ, ਕਿਉਂਕਿ ਉਹਨਾਂ ਦੇ ਪਹਿਲਾਂ ਵੀ ਤਾਂ ਹੋਪ ਮੁੱਕ ਚੁੱਕੀ ਹੁੰਦੀ ਹੈ, ਕਿਉਂਕਿ ਬੜੇ ਸਾਰੇ ਇਹੋ ਜਿਹੇ ਕੇਸਿਸ ਆ ਰਹੇ ਨੇ ਅੱਜ ਕੱਲ੍ਹ, ਅਤੇ ਉਹਦੇ ਵਿੱਚ ਤੁਸੀਂ ਉਹਨਾਂ ਦੀ ਹੋਪ ਕਿਵੇਂ ਉਹਨਾਂ ਨੂੰ ਦੁਬਾਰਾ ਆਵੇ ਕਿ ਅਸੀਂ ਵਾਕਈ ਹੀ ਸਾਨੂੰ IVF ਹੀ ਲੈਣਾ ਚਾਹੀਦਾ? ਜਿਹੜੇ ਪੇਸ਼ੈਂਟ ਨੂੰ IUI ਨਾਲ ਜਾਂ ਸਿੰਪਲ ਨੈਚੁਰਲ ਟ੍ਰਾਈ ਨਾਲ ਇੰਨੇ ਸਾਰੀ ਦਵਾਈਆਂ ਲੈਣ ਦੇ ਬਾਵਜੂਦ ਵੀ ਨਹੀਂ ਕੰਸੀਵ ਹੋ ਰਿਹਾ, ਉਹਨਾਂ ਨੂੰ ਟ੍ਰੀਟਮੈਂਟ ਦੀ ਹੋਪ ਦੇਣ ਵਾਸਤੇ ਸਾਡੇ ਕੋਲ ਬਹੁਤ ਸਾਰੇ ਤਕਨੀਕਾਂ ਹੈ। ਪਹਿਲੀ ਗੱਲ ਤਾਂ ਉਹਨਾਂ ਨੂੰ ਇਹ ਚੀਜ਼ ਸਮਝਾਈ ਜਾਂਦੀ ਹੈਗੀ ਹੈ ਕਿ ਜਿਹੜਾ ਨੈਚੁਰਲ ਟ੍ਰਾਈ ਹੈ ਜਾਂ IUI ਹੈ ਉਹਦੇ ਵਿੱਚ ਸਾਰਾ ਕੰਮ ਸਰੀਰ ਨੇ ਕਰਨਾ ਹੈ। ਜੇ ਉਹਨੇ ਹਲੇ ਤੱਕ ਕੰਮ ਕਰਨਾ ਹੁੰਦਾ ਤਾਂ ਕਰ ਚੁੱਕਿਆ ਹੁੰਦਾ। ਡਿਫਰੈਂਸ ਕੀ ਹੈ IUI ਔਰ IVF ਦੇ ਵਿੱਚ? IUI ਜਾਂ ਨੈਚੁਰਲ ਟ੍ਰਾਈ ਦੇ ਵਿੱਚ ਅੰਡੇ ਨੇ ਫੁੱਟ ਕੇ ਆਪਣੀ ਟਿਊਬ ਵਿੱਚ ਆਪਦੇ ਆਪ ਆਉਣਾ, ਸ਼ੁਕਰਾਣੂ ਨੇ ਅੰਡੇ ਨੂੰ ਆਪਣੇ ਆਪ ਮਿਲਣਾ, ਉਹਨਾਂ ਦੋਨਾਂ ਨੇ ਮਿਲ ਕੇ ਬੱਚਾ ਬਣਾਉਣਾ ਹੈ, ਉਸ ਬੱਚੇ ਨੇ ਤੁਹਾਡੇ ਸਰੀਰ 'ਚ ਖੁਦ ਗਰੋ ਕਰਨਾ ਅਤੇ ਜਾ ਕੇ ਚਿਪਕਣਾ। ਇਹ ਸਾਰੇ ਕੰਮ ਨੇਚਰ 'ਤੇ ਹੈਗੇ, ਉਹ ਨੇਚਰ ਪਹਿਲਾਂ ਹੀ ਫੇਲ ਹੋ ਚੁੱਕੀ ਹੈ। ਵੈਨ ਦੇ ਕਮ ਟੂ ਯੂ, ਤੁਸੀਂ ਉਹਨਾਂ ਨੂੰ ਇਹ ਦੱਸਣਾ ਕਿ ਇਹ ਸਾਰੇ ਕੰਮ ਮੈਂ ਲੈਬ 'ਚ ਕਰਨੇ ਨੇ।
ਜਿਹੜਾ ਬੱਚਾ 5 ਦਿਨ ਦਾ ਬਣਾਉਣਾ ਹੈ, ਜੋ ਅੰਡਾ ਕੱਢਿਆ, ਇੱਕ ਅੰਡੇ 'ਚ ਇੱਕ ਸ਼ੁਕਰਾਣੂ ਆਪਣੀ ਅੱਖਾਂ ਦੇ ਸਾਹਮਣੇ ਮਾਈਕਰੋਸਕੋਪ ਦੇ ਥੱਲੇ ਪਾਇਆ, ਉਸਨੂੰ ਗਰੋ ਕੀਤਾ, ਉਹ ਬਣਿਆ ਬਣਾਇਆ ਬੱਚਾ ਮਰੀਜ਼ ਨੂੰ ਦਿਖਾਇਆ ਜਾਂਦਾ ਹੈ। ਜਿਹੜੇ ਪੁਰਾਣੇ ਮਰੀਜ਼ਾਂ ਦੇ ਬੱਚੇ ਪਏ ਹੁੰਦੇ ਹੈਗੇ ਆ, ਜਾਂ ਕਹਿ ਲਓ ਐਮਬਰੀਓਜ਼ ਦੀ ਫੋਟੋਜ਼ ਹੁੰਦੀਆਂ, ਉਹਨਾਂ ਨੂੰ ਸਮਝਾਇਆ ਜਾਂਦਾ ਕਿ ਐਸਾ ਐਮਬਰੀਓ ਦਿਖਦਾ ਹੈ। ਆਲਮੋਸਟ 70-80% ਕੰਮ ਤਾਂ ਆਪਾਂ ਲੈਬ 'ਚ ਕਰਤਾ, ਬੋਡੀ 'ਤੇ ਕੀ ਛੱਡਿਆ, ਉਹ ਬਣਾ ਬਣਾਇਆ ਬੱਚਾ ਉਸਦੀ ਸਤਹ 'ਤੇ ਚਿਪਕੇਗਾ ਕਿ ਨਹੀਂ। ਪਲੱਸ ਉਸਦੀ ਸਤਹ ਨੂੰ ਚਿਪਕਾਉਣ ਵਾਸਤੇ ਜੋ ਆਪਾਂ ਸਤਹ ਬਣਾਉਣ ਦੀ ਦਵਾਈਆਂ ਹੈਗੀਆਂ, ਉਹ ਵਰਲਡ ਕਲਾਸ ਹੈ ਮੇਰੇ ਕੋਲ। ਉਸਦੀ ਜਿਹੜੀ ਲਾਈਨਿੰਗ ਹੈ, ਉਹਦੇ 'ਚ ਇੰਨਾ ਸਾਰਾ ਪਦਾਰਥ ਕਹਿ ਲਓ, ਨਿਊਟ੍ਰੀਸ਼ਨ ਆਪਾਂ ਜਿਸਨੂੰ ਬੋਲਦੇ ਹਾਂ, ਖੁਰਾਕ ਕਹਿ ਲਓ ਬੱਚੇ ਦੀ, ਉਹ ਆਪਾਂ ਦਵਾਈਆਂ ਨਾਲ ਬਣਾਉਂਦੇ ਹਾਂ ਤਾਂ ਕਿ ਉਹ ਆਪਸ ਵਿੱਚ ਚਿਪਕਣ ਅਤੇ ਤੁਹਾਨੂੰ ਇੱਕ ਹੱਸਦਾ ਖੇਡਦਾ ਬੱਚਾ ਗੋਦੀ 'ਚ ਮਿਲੇ। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ ਉਹਦੀ, ਕਿ ਸਟੋਰੇਜ ਦੀ ਵੀ ਗੱਲ ਕਰਦੇ ਅਸੀਂ, ਕਿ ਉਹਨੂੰ ਤੁਸੀਂ ਸਟੋਰੇਜ ਵਾਸਤੇ ਕਿਵੇਂ ਯੂਜ਼ ਕਰਦੇ ਹੋ ਕਿ ਉਹ ਦੋਨੋਂ ਚੀਜ਼ਾਂ ਮਿਕਸ ਨਾ ਹੋਣ, ਜਿਵੇਂ ਕਿ ਉਸ ਚੀਜ਼ ਦੀ ਸਟੋਰੇਜ ਕਿਵੇਂ ਹੁੰਦੀ ਹੈ? ਯੈਸ, ਵਟ ਵੀ ਡੂ ਇਜ਼ ਕਿ ਜਿਵੇਂ ਹੁਣ ਕੀ ਹੁੰਦਾ, ਆਪਣਾ ਸਰੀਰ ਹੈ, ਨੈਚੁਰਲੀ ਇੱਕ ਬੱਚਾ ਲੱਗਦਾ, ਮੈਕਸੀਮਮ ਦੋ ਬੱਚੇ ਲੱਗ ਜਾਂਦੇ। ਤੁਸੀਂ ਆਮ ਦੁਨੀਆ 'ਚ ਸੁਣਿਆ ਹੋਏਗਾ ਕਿ IVF ਟਵਿਨਸ ਹੀ ਹੁੰਦੇ ਹੈ, ਠੀਕ ਹੈ? ਤਾਂ ਪ੍ਰੈਕਟੀਕਲੀ ਹੁੰਦਾ ਕੀ ਹੈ, ਜਦੋਂ ਆਪਾਂ IVF ਕਰਦੇ ਹਾਂ, ਆਪਾਂ ਸਾਰੀ ਮਿਹਨਤ ਕਰ ਹੀ ਰਹੇ ਹੈਗੇ ਹਾਂ, ਤਾਂ ਵੀ ਟਰਾਈ ਕਿ ਆਪਾਂ 4-5 ਬੱਚੇ ਬਣਾਈਏ। ਕਿਸੇ ਕਿਸੇ ਦੇ 7-7, 8-8 ਬੱਚੇ ਵੀ ਬਣਾਉਂਦੇ ਹਾਂ ਆਪਾਂ, ਜੋ ਬਲਾਸਟੋਸਿਸਟ ਬੋਲਦੇ ਹਾਂ day 5 'ਤੇ, ਸਾਰੇ ਬੱਚੇ ਤਾਂ ਨਹੀਂ ਪਾ ਸਕਦੇ। ਤਾਂ ਆਪਾਂ ਦੋ ਜਿਹੜੇ ਬੱਚੇ ਹੈਗੇ ਆ, ਉਹ 1 ਜਾਂ 2 ਡਿਪੈਂਡਿੰਗ ਔਨ ਦਾ ਏਜ ਆਫ ਦਾ ਫੀਮੇਲ। ਜੇ ਏਜ 35 ਤੋਂ ਘੱਟ ਹੁੰਦੀ ਹੈ ਤਾਂ ਤਕਰੀਬਨ ਮੈਂ ਇੱਕੋ ਹੀ ਬੱਚਾ ਪਾਉਂਦੀ ਹਾਂ। ਜੇ ਕੋਈ ਕੰਪਲੀਕੇਸ਼ਨਸ ਹੈ, ਪੱਲਾ ਫੇਲ ਹੋ ਚੁੱਕਿਆ ਬਹੁਤ ਕੁਛ, ਏਜ ਬਹੁਤ ਜ਼ਿਆਦਾ ਹੈ, ਕੋਈ ਹੋਰ ਦਿੱਕਤ ਹੈ, ਤਾਂ ਆਪਾਂ 2 ਬੱਚੇ ਵੀ ਪਾਉਂਦੇ ਹਾਂ। ਬਾਕੀ ਦੇ ਜਿਹੜੇ ਐਕਸਟਰਾ ਐਮਬਰੀਓ ਬਣੇ, ਉਹਨਾਂ ਨੂੰ ਮੈਂ ਫਰੀਜ਼ ਕਰ ਲੈਂਦੀ। ਉਹ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਹੈ ਤੁਹਾਡੀ। ਪਹਿਲੀ ਵਾਰ 'ਚ ਕਾਫੀ ਵਾਰ 60-70%, ਕਿਸੇ ਕਿਸੇ ਪੇਸ਼ੈਂਟ 80% ਤੱਕ ਫਸਟ ਅਟੈਂਪਟ ਵਿੱਚ ਹੋ ਜਾਂਦਾ ਬੱਚਾ। ਜਿਹੜਾ ਹੋ ਗਿਆ, ਬਹੁਤ ਵਧੀਆ ਗੱਲ ਹੈ। ਸੈਕਿੰਡ ਬੱਚੇ ਵਾਸਤੇ ਆਓ, ਕੋਈ ਦੁਬਾਰਾ ਇੰਜੈਕਸ਼ਨ ਨਹੀਂ, ਕੁਛ ਨਹੀਂ, ਆਓ ਦੁਬਾਰਾ ਤੋਂ ਸਿਰਫ ਲਾਈਨਿੰਗ ਬਣਵਾਓ, ਉਹ ਫਰੀਜ਼ ਕੀਤੇ ਹੋਏ ਬੱਚੇ ਪਵਾਓ, ਔਰ ਦੂਸਰਾ ਬੱਚਾ ਉਸੀ IVF ਸਾਈਕਲ 'ਚੋਂ ਲੈ ਜਾਓ। ਡਾਕਟਰ ਸਾਹਿਬ, ਇਸ ਗੱਲ ਦੇ ਵਿੱਚ, ਸਾਰੇ ਪ੍ਰੋਸੈਸ ਦੇ ਵਿੱਚ, ਉਸ ਮਦਰ ਨੂੰ ਕੋਈ ਖਤਰਾ ਹੁੰਦਾ ਜਾਣ ਨੂੰ? ਪ੍ਰੈਕਟੀਕਲੀ ਨਹੀਂ, ਕਹਿਣ ਨੂੰ ਤਾਂ ਦੇਖੋ ਹੁਣ ਪੈਰਾਸਿਟ ਕਾਫੀ ਕੌਨਸ਼ੀਅਸ ਵੀ ਹੁੰਦੇ, ਕਈ ਕਪਲ ਕਾਫੀ ਕੌਨਸ਼ੀਅਸ ਹੁੰਦੇ, ਉਹਨਾਂ ਦੇ ਲਈ ਤੁਸੀਂ ਕੁਛ ਕੋਈ ਮੈਸੇਜ ਦਿਓ ਕਿ ਇਹ ਕਿੰਨਾ ਕੁ ਈਜ਼ੀ ਪ੍ਰੋਸੈਸ ਹੈ, ਕਿਉਂਕਿ ਕਈਆਂ ਨੂੰ ਹੁੰਦਾ ਕਿ ਸਾਡੀ ਲਾਈਫ ਨੂੰ ਨਾ ਕੋਈ ਖਤਰਾ ਹੋ ਜਾਏ। ਬਿਲਕੁਲ ਵੈਲਿਡ ਕੰਸਰਨ ਹੈ। ਜਦ ਵੀ ਕਿਸੇ ਡਾਕਟਰ ਕੋਲ ਪੇਸ਼ੈਂਟ ਜਾਂਦਾ ਨਾ, ਉਹਦਾ ਆਪਣਾ ਟ੍ਰੀਟਮੈਂਟ ਨੂੰ ਲੈ ਕੇ, ਆਪਣੀ ਪਰੇਸ਼ਾਨੀ ਨੂੰ ਲੈ ਕੇ ਤਾਂ ਕੰਸਰਨ ਉਹ ਆਇਆ ਹੀ ਹੈਗਾ, 10% ਉਹਦੇ ਦਿਮਾਗ 'ਚ ਇਹ ਵੀ ਹੁੰਦਾ ਕਿ ਮੈਂ ਟ੍ਰੀਟਮੈਂਟ ਲੈਣ ਆਇਆ, ਇਸ ਦੇ ਨਾਲ ਜੋ ਮੈਂ ਜੋ ਹੈਗਾ ਉਹ ਤਾਂ ਹੈਗਾ ਹੀ ਹਾਂ, ਇਸ ਤੋਂ ਨੀਚੇ ਨਾ ਚਲਾ ਜਾ। ਤਾਂ ਇਸ ਕਾਰਨ IVF ਇੱਕ ਇਲੈਕਟਿਵ ਪ੍ਰੋਸੀਜਰ ਹੈ, ਇਹਦੇ ਵਿੱਚ ਕੋਈ ਐਮਰਜੈਂਸੀ ਨਹੀਂ ਹੁੰਦੀ, ਕੋਈ ਪਰੇਸ਼ਾਨੀ ਨਹੀਂ, ਤੁਹਾਡੇ ਹਿਸਾਬ ਨਾਲ ਅੱਗੇ ਪਿੱਛੇ 1-2 ਮਹੀਨਾ ਕਰਨ 'ਚ ਕੋਈ ਨੁਕਸਾਨ ਨਹੀਂ ਹੁੰਦਾ, ਰਾਈਟ? ਇਹਦਾ ਇਟਸ ਅ ਵੈਰੀ ਸੇਫ ਪ੍ਰੋਸੀਜਰ, ਕੋਈ ਖੂਨ ਨਹੀਂ, ਕੋਈ ਕੱਟ ਨਹੀਂ, ਕੋਈ ਚੀਰਾ ਨਹੀਂ, ਕੋਈ ਟਾਂਕਾ ਨਹੀਂ, ਕੋਈ ਲੰਬਾ ਸਟੇ ਨਹੀਂ, ਸਵੇਰੇ ਆਉਂਦੇ ਹੋ ਦੁਪਹਿਰ ਨੂੰ, ਮਤਲਬ ਜਿਵੇਂ ਤੁਹਾਨੂੰ ਘਰ ਵੀ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਬੋਲੋ ਆਫਿਸ ਜਾ ਰਹੇ ਹੋ, ਸਵੇਰੇ ਜਾ ਰਹੇ ਹੋ, 9 ਵਜੇ ਪਿਕਅਪ ਹੋ ਰਿਹਾ, 3 ਵਜੇ ਘਰ ਜਾ ਰਹੇ ਹੋ, ਜਾ ਕੇ ਰਾਤ ਦੀ ਰੋਟੀ ਆਪ ਬਣਾ ਸਕਦੇ ਹੋ, ਇਟ ਇਜ਼ ਦੈਟ ਕਨਵੀਨੀਅੰਟ। ਬੇਹੋਸ਼ ਕਰਦੇ ਹਾਂ, ਕੋਈ ਪੇਨ ਨਹੀਂ, ਕੋਈ ਟਾਂਕਾ ਨਹੀਂ, ਨਥਿੰਗ, ਇਟ ਇਜ਼ ਐਜ਼ ਸੇਫ। ਹੁਣ ਐਜ਼ ਫਾਰ ਐਜ਼ ਲੋਕ ਕਹਿੰਦੇ ਕਿ ਹਾਂਜੀ ਕੁਛ ਵੀ ਨਹੀਂ, ਤਾਂ ਪੈਰਾਸੀਟਾਮੋਲ ਨਾਲ ਰਿਐਕਸ਼ਨ ਹੋ ਕੇ ਮਰਦੇ ਲੋਕ ਦੇਖੇ ਮੈਨੇ, ਠੀਕ ਹੈ ਨਾ? ਤਾਂ ਪੈਰਾਸੀਟਾਮੋਲ ਕਿਹੜਾ ਐਸਾ ਬੰਦਾ ਜਿਹਨੇ ਨਹੀਂ ਖਾਧੀ ਹੋਈ? ਤਾਂ ਐਜ਼ ਇਟ ਇਜ਼ ਕੋਈ ਇੰਨਾ ਕੋਈ ਘਬਰਾਉਣ ਵਾਲਾ ਨਹੀਂ ਹੈ, ਬਸ ਤੁਹਾਡੀ ਇੱਕ ਕਹਿੰਦੇ ਡਿਵੋਸ਼ਨ ਚਾਹੀਦੀ ਹੈ, ਕਮਿਟਮੈਂਟ ਚਾਹੀਦੀ ਹੈ ਕਿ ਹਾਂ ਮੈਂ ਟ੍ਰੀਟਮੈਂਟ ਕਰਾਉਣ ਆਇਆ, ਮੈਨੂੰ ਡਾਕਟਰ ਨੇ ਕਿਹਾ ਮੈਨੇ ਇਸ ਦਿਨ ਆਉਣਾ ਹੈ। 1-2 ਦਿਨ ਉੱਪਰ ਨੀਚੇ ਚੱਲ ਜਾਂਦਾ, ਬਟ ਇੱਕ ਪੂਰੀ ਤਰ੍ਹਾਂ ਦਿਮਾਗ ਵਿਹਲਾ ਕਰਕੇ ਆਓ। ਟ੍ਰੀਟਮੈਂਟ ਕਰਾਉਣ ਨੂੰ 10-12 ਦਿਨ ਦਾ ਟਾਈਮ ਲੱਗਦਾ, ਉਹ 10-12 ਦਿਨ ਆਪਣੀ ਜ਼ਿੰਦਗੀ 'ਚੋਂ ਕੱਢੋ ਤਾਂ ਕਿ ਸਾਰੀ ਜ਼ਿੰਦਗੀ ਉਸ ਬੱਚੇ ਨੂੰ ਇੰਜੋਏ ਕਰ ਸਕੋ। ਅੱਛਾ ਡਾਕਟਰ ਸਾਹਿਬ, ਇਹ ਸਾਰੀ ਗੱਲ ਤਾਂ ਚਲੋ ਟ੍ਰੀਟਮੈਂਟ ਦੀ ਤਾਂ ਹੋ ਗਈ, ਲੇਕਿਨ ਇੱਕ ਬਹੁਤ ਹੀ ਇੰਪੋਰਟੈਂਟ ਮੁੱਦਾ ਇਸ ਟਾਈਮ ਦਾ ਕਿ ਆਪਾਂ ਅਗਰ ਫੀਮੇਲਸ ਵਿੱਚ ਦੇਖੀਏ ਤਾਂ ਅੱਜ ਕੱਲ੍ਹ PCOS ਜਾਂ PCOD ਦੀ ਜਿਹੜੀ ਹੈਗੀ ਹੈ, ਉਹ ਬਹੁਤ ਸਾਰੇ ਕੇਸਿਸ ਆ ਰਹੇ ਨੇ। ਉਹ ਕਿਉਂ ਆ ਰਹੇ ਨੇ, ਉਹਦਾ ਰੀਜ਼ਨ ਕੀ ਹੈ, ਅਤੇ ਕਿਵੇਂ ਉਸ ਚੀਜ਼ ਤੋਂ ਅਸੀਂ ਬਚ ਸਕਦੇ ਹਾਂ? ਮਤਲਬ ਬਹੁਤ ਹੀ ਚੰਗਾ ਸਵਾਲ ਕੀਤਾ ਤੁਸੀਂ, I am so ਥੈਂਕਫੁਲ ਕਿ ਮੈਨੂੰ ਇਸ ਦੇ ਉੱਪਰ ਬੋਲਣ ਦਾ ਤੁਸੀਂ ਮੌਕਾ ਦਿੱਤਾ ਹੈਗਾ। PCOD ਐਸੀ ਚੀਜ਼ ਹੈਗੀ ਹੈ, ਇਟ ਇਜ਼ ਲਾਈਕ ਕਿ ਮੇਰੀ ਨੱਕ ਜੇ ਲੰਬੀ ਹੈ, ਵੈਸੇ ਨਹੀਂ ਹੈ, ਬਟ ਜੇ ਮੇਰੀ ਨੱਕ ਲੰਬੀ ਹੈ ਤਾਂ ਉਹ ਤਾਂ ਜ਼ਿੰਦਗੀ ਲੰਬੀ ਰਹੂਗੀ। ਜੇ ਮੇਰੀ ਹਾਈਟ 5'4" ਹੈ ਤਾਂ ਮੇਰੀ ਤਾਂ ਜ਼ਿੰਦਗੀ 5'4" ਰਹੂਗੀ। PCOD ਇਜ਼ ਯੋਰ ਨੇਚਰ ਆਫ ਯੋਰ ਓਵਰੀਜ਼, ਤੁਸੀਂ ਪੈਦਾ ਹੋਏ ਹੋ PCOS ਨਾਲ। PCOD ਦਾ ਪਰ ਸੇ ਟ੍ਰੀਟਮੈਂਟ ਨਹੀਂ ਕੀਤਾ ਜਾਂਦਾ, ਆਪਾਂ PCOD ਦੇ ਸਿਮਟਮਸ ਦਾ ਟ੍ਰੀਟਮੈਂਟ ਕਰਦੇ ਹਾਂ। ਜਿਵੇਂ ਮੋਸਟਲੀ PCOS ਵਾਲਿਆਂ ਨੂੰ ਪੀਰੀਅਡਾਂ 'ਚ ਦਿੱਕਤ ਆਉਂਦੀ ਹੈ, ਜਾਂ ਉਹਨਾਂ ਨੂੰ ਬੱਚਾ ਲੱਗਣ 'ਚ ਦਿੱਕਤ ਆਉਂਦੀ ਹੈ, ਤਾਂ ਜੇ ਪੀਰੀਅਡਾਂ 'ਚ ਦਿੱਕਤ ਆਉਂਦੀ ਹੈ ਤਾਂ ਉਹਨੂੰ ਠੀਕ ਕੀਤਾ ਜਾਂਦਾ, ਬੱਚਾ ਲੱਗਣ 'ਚ ਦਿੱਕਤ ਆਉਂਦੀ ਹੈ ਤਾਂ ਉਹਦੀ ਦਵਾਈ ਦਿੱਤੀ ਜਾਂਦੀ ਹੈ।
ਪਰ ਸੇ ਤੁਸੀਂ ਐਂ ਬਿਲਕੁਲ ਹੱਥ ਧੋ ਕੇ ਪਿੱਛੇ ਪੈ ਜਾਓ ਕਿ ਮੈਂ ਤਾਂ PCOD ਤੋਂ ਨੋਰਮਲ ਹੋਣਾ, ਉਹ ਨਹੀਂ ਹੋਣਾ। ਇਹ ਚੀਜ਼ ਨਾਲ ਐਕਸੈਪਟ ਕਰਨਾ ਪਏਗਾ। ਵਨ, ਇੱਕ ਚੀਜ਼ ਹੈ ਜੋ ਤੁਸੀਂ ਕਰ ਸਕਦੇ ਹੋ, ਆਪਣਾ ਵਜ਼ਨ ਘਟਾ ਸਕਦੇ ਹੋ। ਜਿਹੜੇ ਲੋਕ ਮੋਟੇ ਹੁੰਦੇ ਨਾਲ ਉਹਨਾਂ ਨੂੰ PCOD ਹੁੰਦਾ ਹੈ, ਜੇ ਉਹ ਵਜ਼ਨ ਘੱਟ ਕਰਦੇ ਹੈ ਤਾਂ PCOD ਉਹਨਾਂ ਦਾ 10 ਤੋਂ ਨੀਚੇ ਆ ਕੇ 7, 5, 3 ਤੱਕ ਵੀ ਆ ਜਾਂਦਾ ਹੈ। ਐਂਡ ਲਿਟਰਲੀ ਉਹਨਾਂ ਦੇ ਸਾਰੇ ਹਾਰਮੋਨ ਨੋਰਮਲ ਆ ਜਾਂਦੇ ਹੈ, ਪੀਰੀਅਡਸ ਨੋਰਮਲ ਆ ਜਾਂਦੇ ਹੈ, ਆਪਦੇ ਆਪ ਕਨਸੀਵ ਕਰ ਜਾਂਦੇ ਹੈ। ਆਈ ਹੈਵ ਹੈਡ ਪੇਸ਼ੈਂਟਸ ਬਿਲਕੁਲ ਯੰਗ ਹੈਗੇ ਆ, ਜਸਟ ਬਿਕੋਜ਼ PCOD ਔਰ ਥੋੜ੍ਹੇ ਫੈਟ ਹੈਗੇ ਆ ਤਾਂ ਪੀਰੀਅਡ ਨਹੀਂ ਆਉਂਦੇ, ਅੰਡਾ ਨਹੀਂ ਬਣਦਾ। ਉਹਨਾਂ ਨੂੰ ਮੈਂ ਕਹਿੰਦੀ ਹਾਂ 3 ਮਹੀਨੇ ਲਗਾਤਾਰ ਲੱਗ ਕੇ ਡਾਇਟ 'ਤੇ ਔਰ ਐਕਸਰਸਾਈਜ਼ 'ਤੇ ਵਰਕ ਕਰੋ। ਮੇਰੇ ਕੋਲ ਆਪਦੇ ਆਪ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਲੈ ਕੇ ਆਉਂਦੇ ਹਾਂ ਕਿ ਤੁਹਾਨੂੰ ਮੇਰੀ ਮਤਲਬ ਟੈਨਸ਼ਨ ਹੀ ਨਹੀਂ ਹੈ, ਈਜ਼ੀਲੀ ਕਨਸੀਵ ਕਰ ਜਾਓ। ਡਾਕਟਰ ਸਰ, ਹੁਣ ਇਸ ਸਵਾਲ ਦੇ ਨਾਲ ਇੱਕ ਹੋਰ ਸਵਾਲ ਜੁੜਿਆ ਹੋਇਆ ਹੈ। ਆਈ ਥਿੰਕ ਸਾਰੇ ਫੀਮੇਲ ਸੋਚ ਰਹੇ ਹੋਣਗੇ ਕਿ ਉਹ ਸਵਾਲ ਆਉਣਾ ਚਾਹੀਦਾ ਸੀ। ਉਹ ਇਹ ਹੈ ਕਿ ਜਦੋਂ ਵੀ ਪੀਰੀਅਡਸ ਆਉਂਦੇ ਆ ਤਾਂ ਉਹ ਆਈ ਥਿੰਕ 4 to 5 ਡੇਜ਼ ਰਹਿੰਦੇ ਨੇ, ਲੇਕਿਨ ਜਿਵੇਂ ਜਿਵੇਂ ਏਜ ਵੱਧਦੀ ਹੈ ਤਾਂ ਉਹ 3 days, 2 days ਵੀ ਹੋ ਜਾਂਦੇ ਆ। ਉਹਦਾ ਕੀ ਰੀਜ਼ਨ, ਕੀ ਉਹਦਾ ਰੀਜ਼ਨ PCOS ਅਤੇ PCOD ਹੈ? ਹੋ ਸਕਦਾ ਹੈ। ਓਵਰਆਲ ਜਿੱਦਾਂ ਜਿੱਦਾਂ ਉਮਰ ਵੱਧਦੀ ਹੈਗੀ ਹੈ ਤਾਂ PCOD ਦਾ ਇਫੈਕਟ ਥੋੜ੍ਹਾ ਘਟਣਾ ਸ਼ੁਰੂ ਹੋ ਜਾਂਦਾ, ਬਿਕੋਜ਼ ਅੰਡੇ ਹੌਲੀ ਹੌਲੀ ਕਰਕੇ ਯੂਜ਼ ਹੋਣੇ ਸ਼ੁਰੂ ਹੋ ਜਾਂਦੇ ਏਜ ਦੇ ਨਾਲ। ਹਰ ਪੀਰੀਅਡ ਦੇ ਨਾਲ ਇੱਕ ਨਵਾਂ ਅੰਡਾ ਬਣਦਾ ਹੈ, ਉਹ ਫੁੱਟਦਾ ਹੈ, ਪ੍ਰੈਗਨੈਂਸੀ ਲੱਗੇ ਨਾ ਲੱਗੇ ਉਹਨੇ ਖਰਾਬ ਹੀ ਹੋ ਜਾਣਾ। ਇਸ ਤਰ੍ਹਾਂ ਹੀ ਮਹੀਨੇ ਦਰ ਮਹੀਨੇ ਸਾਰੇ ਅੰਡੇ ਯੂਜ਼ ਹੁੰਦੇ ਜਾਂਦੇ ਆ। PCOS ਕੀ ਹੈ? ਬਹੁਤ ਸਾਰੇ ਅੰਡੇ ਆ ਇੱਕ ਅੰਡੇਦਾਨੀ 'ਚ, ਜਦੋਂ ਯੂਜ਼ ਹੋ ਜਾਂਦੇ ਹੈਗੇ ਤਾਂ ਥੋੜ੍ਹੇ ਘੱਟ ਹੋ ਜਾਂਦੇ ਆ। ਕਿਸੇ ਕਿਸੇ ਵਿੱਚ ਇਸ ਕਾਰਨ ਆਉਣਾ ਬੰਦ ਹੋ ਜਾਂਦਾ, ਕਿਸੇ ਕਿਸੇ ਵਿੱਚ ਉਹੀ ਏਜ ਰਿਲੇਟਿਡ ਚੇਂਜ ਹੈ। ਜਿਵੇਂ ਮੇਰੇ ਸਿਰ 'ਤੇ ਵਾਲ ਸਫੇਦ ਹੋ ਗਏ ਹੈਗੇ, ਮੈਂ 40 ਸਾਲ ਦੀ ਹੈਗੀ ਹਾਂ, ਤਾਂ ਮੈਂ ਜਦ 20 ਸਾਲ ਦੀ ਸੀ ਕਿ ਸਾਰੇ ਕਾਲੇ ਸੀ। ਸੇਮ ਹੈਪਨਸ ਟੂ ਪੀਰੀਅਡਸ ਆਲਸੋ, ਯੂਟਰਸ ਥੱਕ ਜਾਂਦਾ ਬਲੀਡ ਕਰ ਕਰਕੇ, ਥੋੜ੍ਹਾ ਜਿਹਾ ਫਾਈਬਰੋਸਿਸ ਕਹਿ ਲਓ, ਮੇਲਸ ਦੀ ਹੇਅਰ ਲਾਈਨ ਰਿਸੀਟ ਕਰਦੀ ਹੈ ਏਜ ਨਾਲ, ਤਾਂ ਯੂਟਰਸ ਪ੍ਰੈਕਟੀਕਲੀ ਥੱਕ ਜਾਂਦਾ। ਤਾਂ ਹੌਲੀ 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 ਫਲੋ ਘੱਟ ਹੋਣਾ, ਪ੍ਰੈਕਟੀਕਲੀ ਨੋਰਮਲ ਫਲੋ ਇਜ਼ ਐਟਲੀਸਟ ਇੱਕ ਪੂਰਾ ਪੈਡ ਨੋਰਮਲ, ਜਿਹੜਾ ਵਿਸਪਰ ਕਹਿ ਲਓ, ਕੁਛ ਕਹਿ ਲਓ, ਇੱਕ ਨੋਰਮਲ ਪੈਡ ਜੇ ਇੱਕ ਪੀਰੀਅਡ 'ਚ ਭਰ ਰਿਹਾ ਕਾਫੀ ਹੈ। ਰੈਗੂਲਰਲੀ ਆ ਰਹੇ ਹਾਂ, ਇੱਕ ਪੀਰੀਅਡ 'ਚ ਇੱਕ ਪੈਡ ਭਰ ਰਿਹਾ, ਇੰਨਾ ਫਲੋ ਕਾਫੀ ਹੈ। ਡਾਕਟਰ ਸਾਹਿਬ, ਲਾਸਟ 'ਤੇ ਮੈਂ ਚਾਹਾਂਗੀ ਕਿ ਤੁਸੀਂ ਨੋਵਾ IVF ਵੱਲੋਂ ਉਹਨਾਂ ਕਪਲਸ ਨੂੰ ਜ਼ਰੂਰ ਮੈਸੇਜ ਦਿਓ, ਕਿਉਂਕਿ ਇੱਕ ਹੋਪ ਜਗਾਉਣੀ ਬਹੁਤ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ, ਕਿਉਂਕਿ ਬੜੀ ਸਾਰੀ ਇਨਫਰਟੀਲਿਟੀ ਕੇਸ ਵੀ ਆ ਰਹੇ ਨੇ, PCOS ਦੇ ਵੀ ਕੇਸ ਆ ਰਹੇ ਨੇ, PCOD ਦੇ ਵੀ ਕੇਸ ਆ ਰਹੇ ਨੇ। ਸੋ ਇੱਕ ਮੈਸੇਜ ਦਿਓ ਕਪਲਸ ਨੂੰ। ਮੇਰਾ ਤਹੇ ਦਿਲ ਤੋਂ ਇੱਕ ਮੈਸੇਜ ਹੈ ਜੋ ਮੇਰੇ ਲਿਟਰਲੀ ਤੁਸੀਂ ਮੰਨ ਸਕਦੇ ਹੋ ਰੋਜ਼ ਦਿਲੋਂ ਨਿਕਲਦਾ ਹੈ। ਜੇ ਤੁਹਾਨੂੰ ਕਨਸੀਵ ਕਰਨ 'ਚ ਦਿੱਕਤ ਆ ਰਹੀ ਹੈਗੀ ਹੈ, ਬਿਲਕੁਲ ਪਹਿਲੀ ਗੱਲ ਤਾਂ ਟੈਨਸ਼ਨ ਨਾ ਲਓ, ਕਿਉਂਕਿ ਇੰਨੇ ਸਾਰੇ ਟ੍ਰੀਟਮੈਂਟਸ ਅਵੇਲੇਬਲ ਹੈ ਇਸ ਟਾਈਮ 'ਤੇ। ਦੇਰ ਆਰ ਹਾਰਡਲੀ ਪੀਪਲ ਜਿਨ੍ਹਾਂ ਨੂੰ ਮੈਂ ਮਤਲਬ ਮੈਨੇ ਦੇਖਿਆ ਹੋਵੇ ਕਿ ਹਾਂ ਹੋਪ ਹੀ ਨਹੀਂ ਹੈ ਬੱਚਾ ਹੋਣ ਦੀ। ਤੁਸੀਂ ਰੱਬ ਦਾ ਸ਼ੁਕਰਾਨਾ ਕਰੋ ਉਸ ਦੁਨੀਆ 'ਚ ਪੈਦਾ ਹੋਏ ਹੋ ਕਿ IVF ਹੈ, ਔਰ IVF ਨਾਲ ਰਿਲੇਟਡ ਇੰਨੀ ਸਾਰੀ ਟੈਕਨੀਕ ਜੋ ਕਿ ਸਾਰੀਆਂ ਮੇਰੇ ਕੋਲ ਹੈ, ਨੇਮ ਅ ਟੈਕਨੀਕ, ਆਈ ਹੈਵ ਇਟ, ਨੇਮ ਅ ਟੈਕਨੀਕ, ਉਸ ਬਾਰੇ ਮੈਂ ਜਾਣਦੀ ਹਾਂ। ਤੁਸੀਂ ਮੇਰੇ ਨਾਲ ਫੋਨ ਕਰੋ, ਸਭ ਕਰੋ, ਆਈ ਕੈਨ ਗਿਵ ਯੂ ਐਵਰੀ ਆਨਸਰ, ਐਵਰੀਥਿੰਗ ਅੰਡਰ 1 roof। ਮੈਂ ਇਹ ਵੀ ਨਹੀਂ ਕਹੂੰਗੀ ਆ 2 ਦੁਕਾਨਾਂ ਛੱਡ ਕੇ ਜਾਓ, 2 sector ਛੱਡ ਕੇ ਜਾਓ, ਇਟ ਇਜ਼ ਦੈਟ ਸਕਸੈਸਫੁਲ। 1 ਦੂਸਰੀ ਚੀਜ਼, ਜੇ ਕਿਤੇ ਦਿੱਕਤ ਆ ਰਹੀ ਹੈਗੀ ਹੈ, ਤੁਸੀਂ ਮੀਆਂ ਬੀਵੀ ਆਪਣੇ ਆਪ 'ਚ ਇੱਕ ਫੈਮਿਲੀ ਹੋ, ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਤੁਹਾਨੂੰ ਕਿਸੇ ਨਾਲ ਪਰਾਮਰਸ਼ ਕਰਕੇ ਕਿਸੇ ਦੀ ਇਜਾਜ਼ਤ ਲੈ ਕੇ ਆਉਣ ਦੀ ਜ਼ਰੂਰਤ ਨਹੀਂ। ਤੁਸੀਂ ਮੇਰੇ ਕੋਲ ਆਓ, ਇਸ YouTube ਦਾ ਨਾਮ ਲੈ ਕੇ ਤੁਸੀਂ ਆਈ ਹੋ PTC ਦਾ, ਤਾਂ ਤੁਹਾਨੂੰ ਮੈਂ ਪੱਕਾ ਕਹਿੰਦੀ ਹਾਂ ਕਿ ਆਈ ਵਿਲ ਨੋਟ ਈਵਨ ਚਾਰਜ ਯੂ, ਜਸਟ ਟਾਕ ਟੂ ਮੀ। ਤੁਹਾਡਾ ਅਲਟਰਾਸਾਊਂਡ, ਤੁਹਾਡੀ ਕੰਸਲਟੇਸ਼ਨ ਵਿਲ ਬੀ ਕੀ ਔਨ ਦਾ ਹਾਊਸ ਆਫ PTC, ਕਿ ਇਹਨਾਂ ਨੇ ਕਿਹਾ ਅਤੇ ਤੁਸੀਂ ਆਏ, ਉਹਨਾਂ ਦਾ ਨਾਮ ਲੈ ਕੇ ਆਈ ਵਿਲ ਗਿਵ ਯੂ ਫਰੀ ਆਫ ਚਾਰਜ ਐਡਵਾਈਸ। ਯੂ ਜਸਟ ਰਿਲੈਕਸ ਐਟ ਹੋਮ, ਲਿਸਨਿੰਗ ਕੀ ਕੋਈ ਪ੍ਰੋਬਲਮ ਨਹੀਂ ਹੈ। ਜਸਟ ਇਹ ਗੱਲ ਪਤਾ ਹੋਣਾ ਕਿ ਕੋਈ ਪ੍ਰੋਬਲਮ ਨਹੀਂ ਹੈ ਆਪਣੇ ਆਪ 'ਚ, ਬਹੁਤ ਬੜੀ ਗੱਲ ਹੁੰਦੀ ਹੈ। ਕੋਵਿਡ ਦੇ ਟਾਈਮ 'ਤੇ ਜਿਹੜੇ ਪੇਸ਼ੈਂਟਸ ਨੂੰ ਇੰਨੀ ਦਿੱਕਤਾਂ ਸੀਗੀਆਂ, ਉਹ ਸਾਰੇ ਸਪੋਂਟੇਨੀਅਸਲੀ ਕੰਸੀਵ ਕਰ ਗਏ। ਕਿਉਂ? ਕਿਉਂਕਿ ਉਹ ਰਿਲੈਕਸ ਸੀਗੇ, ਉਹਨਾਂ ਨੂੰ ਵਰਕ ਸਟ੍ਰੈਸ ਨਹੀਂ ਸੀਗਾ, ਆਪਸ ਮਿਲਣ ਦੀ ਫ੍ਰੀਕੁਐਂਸੀ ਅੱਛੀ ਸੀਗੀ, ਖਾਣਾ ਅੱਛਾ ਖਾ ਰਹੇ ਸੀ। ਠੀਕ ਹੈ, ਇਹ ਸਾਰਾ ਕੁਛ ਬਹੁਤ ਮੈਟਰ ਕਰਦਾ ਹੈ। ਆਪਸ ਦੇ ਰਿਲੇਸ਼ਨ ਤੁਹਾਡੇ ਮੀਆਂ ਬੀਵੀ ਦੇ ਸਭ ਤੋਂ ਉੱਪਰ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਦੈਟ ਯੂ ਵਾਂਟ ਟੂ ਕੰਸਲਟ ਅ ਫਰਟੀਲਿਟੀ ਸਪੈਸ਼ਲਿਸਟ, ਯੂ ਮਸਟ ਕੰਸਲਟ ਅ ਫਰਟੀਲਿਟੀ ਸਪੈਸ਼ਲਿਸਟ। ਓਕੇ, ਥੈਂਕ ਯੂ ਸੋ ਮੱਚ ਡਾਕਟਰ ਸਾਹਿਬ। ਸੋ ਬੜੀ ਵਧੀਆ ਗੱਲ ਕਰ ਗਏ ਨੇ ਡਾਕਟਰ ਸਾਹਿਬ, ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਵੀ ਹੈ ਤਾਂ ਤੁਸੀਂ ਆ ਕੇ ਇੱਕ ਵਾਰੀ ਚੈੱਕਅਪ ਕਰਵਾ ਸਕਦੇ ਹੋ, ਕਿਉਂਕਿ ਨੋਵਾ IVF ਦੇ ਵਿੱਚ ਅਗਰ ਨਿਊ ਟੈਕਨੀਕਸ ਆਈਆਂ ਤਾਂ ਉੱਥੇ ਉਹ ਪਿਛਲੀਆਂ ਚੀਜ਼ਾਂ ਨੂੰ ਵੀ ਚੈੱਕਅਪ ਕਰਕੇ ਤੁਹਾਨੂੰ ਆਉਣ ਵਾਲੇ ਸਮੇਂ ਦਾ ਜਿਹੜਾ ਫਿਊਚਰ ਉਹ ਵੀ ਤੁਹਾਨੂੰ ਦੱਸ ਦਿੰਦੇ। ਕੈਮਰਾ ਪਰਸਨ ਜਗੀਤ ਨਾਲ ਰਾਮਪ੍ਰੀਤ ਕੌਰ, PTC ਨਿਊਜ਼, ਚੰਡੀਗੜ੍ਹ।